पहली गल तो मी तो अगे इतना रोन दिया मैं उत्ते हमदर्दी है भाई इतना रो ना मैं की कहता पंगा तो ही लैने पुट्ठा तो फिर मजीठिए दे नौ ते चीका मार दियो थोड़े जर्नलिस्ट ने भी खबर लाई एक ने बड़ा रिस्पोंसिबल जर्नलिस्ट है मनप्रीत रंधावा जी ने खबर लाई है वक् वक् सारिया अखबारों से वह रह चुके हैं उन्हां दी खबर लगी फिर मी थेर जी कमाल का को इंसीडेंट्स होंदा है 14 तरीक नूं इत्थे आए सी कि नहीं आए सी जिस दिन आ प्रोग्राम होया जिस केजरीवाल साहब हाँ मी मी तुसी तां सीगे तुसी तां चश्मदी दिखवाओ कद नहीं मुकरदे ये तिन्ने सी और ये कुलचा नाले कहिंदा मैं कुलचा खादा मैनू बहुत शौक है खाण दा ये भी कहा मैनू पता लग्गिया फिर ये दसो एम के आले नूं आ नोटिस कादा भेजता मगर एक कमाल होगी एम के तो सब तो पुराना होटल है 25 साल पुराना नोटिस है इनू नोटिस आया कुलचियां तो मगरों ही आ नोटिस की कापी है आ रही नोटिस की कापी आ रही तरीक मीतेर जी नूं विखा दी उहदे महकमे की निकली है 29/9/23 और आ रही जिहड़ा उन्होंने कोर्ट च केस किया 3/10/23 उस स्टे लैके आए और मैं थानू होर दस दिया मैं कहना नहीं चाहता सीगा क्योंकि इन्होंने कुलचे खा ले इन्हों हजम नहीं हो रहे मगर और होटल वाले का तो खड़ा छड़ दियो भाई साढ़े श्री अमृतसर साहब का सब तो पुराना होटल है वो आप बंदा बीमार है उहदे मैनेजर ने इनू नहीं पछाणिया हुण इनू बेचारियां नूं उन्होंने सलमान खान ने किहड़ा ये तो इतना गुस्सा कर गए जिवें सलमान खान हुंदा उहनूं ना कोई पछाणे जां शाहरुख खान नूं ना पछाणे जां हेमा मालिनी नूं पछावे हुण तुहाडी तिन्नां दी नहीं शकल उन्हां नाल रलदी ते उन्हें नहीं पछाणिया भाई तुसीं एवें गुस्सा करी जांदे हो फिर उहनूं नोटिस कढ़ता आ रही उहदी अगे मैं तुहानूं दस दिंदा हाले ना खड़ो हुण मैं इक अफसर दा नां दसदा काला अफसर है पुलिस दा ਉਹ ਲੈ ਕੇ ਗਿਆ ਆ ਇਹਨਾਂ ਨੂੰ ਤੇ ਮੀਂਹ ਢੇਰ ਜੀ ਕੋਲ ਮਾਫੀ ਮੰਗ ਕੇ ਆਏ ਆ ਕਿ ਸਾਡਾ ਖੜਾ ਛੱਡ ਦੇ ਸਾਡਾ ਕਾਰੋਬਾਰ ਕਰ ਲੈਣ ਦੇ ਕਾਰੋਬਾਰੀ ਬੰਦਾ ਇਹ ਦਿਨ ਦੂਰ ਨਹੀਂ ਮੈਂ ਕਹਿੰਦਾ ਕਰਾ ਲਿਓ ਸੀਲ ਇਹਨਾਂ ਦੀ ਵਟਸਐਪ ਲੋਕੇਸ਼ਨਾਂ ਸਭ ਦੀਆਂ ਸਭ ਦੇ ਮੋਬਾਈਲ ਟਾਵਰ ਕਰੋ ਇਹਨਾਂ ਦੀ ਲੋਕੇਸ਼ਨਾਂ ਕਰੋ ਸੀਲ ਦੇ ਦਿਓ ਇੰਡੀਪੈਂਡੈਂਟ ਜੱਜ ਨੂੰ ਇਨਕੁਆਇਰੀ ਨਾਲੇ ਆਓ ਸੀਸੀਟੀਵੀ ਵੀ ਬਾਹਰ ਤੇ ਨਾਲੇ ਆਓ ਇਹਨਾਂ ਦੀ ਲੋਕੇਸ਼ਨ ਵੀ ਨਾਲੇ ਕੁਲਚੇ ਕਿਵੇਂ ਡੱਫਦੇ ਸੀ ਉਹ ਵੀ ਫੋਟੋ ਸਾਹਮਣੇ ਆ ਜੂ ਮੇਰੇ ਨਾਲ ਤਾਂ ਐਵੇਂ ਗੁੱਸਾ ਕਰੀ ਜੇ ਖਾ ਆਪ ਕੇ ਤੇ ਗੁੱਸਾ ਮਜੀਠੇ ਤੇ ਕੱਢੀ ਜਾਂਦੇ ਕਿਹੜਾ ਜੀ ਚਲੋ ਇਸ ਤਰ੍ਹਾਂ ਹੈ ਮੈਂ 10 ਵਾਰੀ ਤਾਂ ਇਸ ਗੱਲ ਦਾ ਜਵਾਬ ਦੇ ਦਿੱਤਾ ਤੁਸੀਂ ਪਹਿਲਾਂ ਪ੍ਰੈਸ ਵਾਲੇ ਵੀਰ ਨਾ ਜਿਹੜਾ ਇਹ ਹੈਗਾ ਆਪਣਾ ਭਗਵੰਤ ਮਾਨ ਜੀ ਇਹ ਸਮਝਦਾ ਹੈ ਕਿੱਥੇ ਬਿੱਗ ਬੌਸ ਰਿਐਲਿਟੀ ਸ਼ੋਅ ਹੀ ਚੱਲ ਰਿਹਾ ਪੰਜਾਬ 'ਚ ਇਹ ਰੋਜ਼ ਨਵੀਂ ਕਹਾਣੀ ਛੱਡ ਦਿੰਦਾ ਹੈ ਅਤੇ ਆਪਾਂ ਦੇ ਤੇਰੇ ਦੀ ਦੇ ਤੇਰੇ ਦੀ ਆ ਉਹਦੇ ਸਵਾਲ ਪੁੱਛਣੇ ਸ਼ੁਰੂ ਕਰ ਜੇ ਇਹਦੀ ਡਿਬੇਟ ਸੁਪਰੀਮ ਕੋਰਟ ਤੋਂ ਉੱਤੇ ਹੋਊਗੀ ਜਾਂ ਇਹ ਡਿਬੇਟ ਦਾ ਫੈਸਲਾ ਫਾਈਨਲ ਹੋਊਗਾ ਸੁਪਰੀਮ ਕੋਰਟ ਇਹਦੀ ਡਿਬੇਟ ਦੇ ਮਤਹਿਤ ਹੈ ਫਿਰ ਡਿਬੇਟ ਹੋ ਜੇ ਤਾਂ ਸਾਰੇ ਚਲੇ ਜਾਓ ਭਾਈ ਉੱਥੇ ਸੁਪਰੀਮ ਕੋਰਟ 'ਚ ਜਾ ਕੇ ਤੁਸੀਂ ਐਫੀਡੈਵਿਟ ਕੀ ਦੇ ਰਹੇ ਹੋ ਉਹ ਦਿਖਾ ਦੇ ਭਾਈ ਐਫੀਡੈਵਿਟ ਵੀ ਦੇ ਦਿੰਦਾ ਮੈਂ ਸਾਰੇ ਜਿਹਦੇ 'ਚ ਕੇਜਰੀਵਾਲ ਸਾਹਿਬ ਕਹਿ ਆਏ ਆ ਕਿ ਅਸੀਂ ਹਰਿਆਣੇ ਨਾਲ ਸਹਿਮਤ ਹਾਂ ਉਹਨਾਂ ਨੇ ਬੋਲ ਕੇ ਵੀ ਕਹਿਤਾ ਹੁਣ ਇਹਨਾਂ ਦੇ ਵਕੀਲ ਨੇ ਜਾ ਕੇ ਸੁਪਰੀਮ ਕੋਰਟ 'ਚ ਕਹਿਤਾ ਕਿ ਅਸੀਂ ਤਾਂ SYL ਬਣਾ ਕੇ ਰਾਜੀ ਆ ਵਿਰੋਧੀ ਪਾਰਟੀ ਲਈ ਬਣਨੀ ਦੇਣ ਚਾਹੁੰਦੀ ਹਾਂ ਸੁਸ਼ੀਲ ਗੁਪਤਾ ਇਹਨਾਂ ਦਾ MP ਹੈ ਉਹ ਕਹਿ ਰਿਹਾ ਕਿ ਅਸੀਂ ਹਰਿਆਣੇ ਦੇ ਕੋਨੇ ਕੋਨੇ ਤੱਕ ਪਾਣੀ ਪਹੁੰਚਾ ਦੇਵਾਂਗੇ ਪਾਠਕ ਕੱਲ ਬੋਲੀ ਜਾਂਦਾ ਜਿਹ 'ਚ ਜੋੜਾ ਮਾਜਰਾ ਬੀਬੀ ਉਹ ਤਲਵੰਡੀ ਸਾਬੋ ਵਾਲੀ ਜਿਹਦੇ ਨਾਲ ਇਹਦੀ ਨਹੀਂ ਬਣਦੀ ਭਗਵੰਤ ਦੀ ਕੀ ਨਾਂ ਵਾ ਅਬਲਜਿੰਦਰ ਕੌਰ ਸਾਡੀ ਇੱਥੋਂ ਸਾਡੇ ਮਾਝੇ 'ਚ ਵਿਆਹੀ ਆ ਸਾਡੀ ਸਤਿਕਾਰਯੋਗ ਹੈ ਉਹ ਬੈਠੀ ਉੱਥੇ ਉੱਥੇ ਪਾਠਕ ਕਹੀ ਜਾਂਦਾ ਕਿ ਜੋ ਸੁਪਰੀਮ ਕੋਰਟ ਕਰ ਦੂ ਅਸੀਂ ਰਾਜ਼ੀ ਹਾਂ ਅਤੇ ਸੁਪਰੀਮ ਕੋਰਟ ਨੇ ਤਾਂ ਕਰਾ ਦਿੱਤਾ ਜੀ ਫਿਰ ਆਰਡਰ ਦੇ ਦਿੱਤਾ ਉਹਦਾ ਸਰਵੇ ਕਰਾਉਣ ਦਾ ਕੀ ਤੁਸੀਂ ਸਹਿਮਤ ਹੋ ਸਰਵੇ ਹੋਣਾ ਉਹ ਤੋਂ ਬਾਅਦ ਕਹਿਣਗੇ ਪਾਣੀ ਦੇ ਦਿਓ ਜਦੋਂ ਅਸੀਂ SYL ਦੀ ਜ਼ਮੀਨ ਹੀ ਬਾਦਲ ਸਾਹਿਬ ਨੇ ਕਿਸਾਨਾਂ ਨੂੰ ਮੋੜਤੀ ਹੈ ਰੈਵਨਿਊ ਰਿਕਾਰਡ 'ਚ ਕੋਈ ਜ਼ਮੀਨ ਹੈ ਨਹੀਂ
मालिक उहदे किसान उहदे मालिक बन गए आ 21,000 किसानां नूं 4,500 एकड़ जमीन मोड़ती गई है तो फिर कादी सर्वे होगा।